ਅੱਛਾ, ਇਹ ਪਿਆਜ ਦੇ ਵਿੱਚ ਤੇ ਆਮ ਇੰਡੀਅਨ ਪਿਆਜ ਵਿੱਚ ਤੁਹਾਨੂੰ ਕੀ ਫਰਕ ਲੱਗਦਾ? ਸਵਾਦ ਦਾ ਬਹੁਤ ਫਰਕ ਹੈ। ਇਸ ਵਿੱਚ ਪਾਣੀ ਹੈ, ਕਿਚਕਿਚਾਹਟ ਜੈਸਾ ਆਵਾਜ਼ ਹੈ, ਉਹਦਾ ਆਪਣਾ ਸਵਾਦ ਬਹੁਤ ਬੜੀਆਂ ਪਿਆਜ ਦਾ। ਘਰ ਜੇ ਗਰੀਬ ਬੰਦਾ ਹੋਵੇ, ਜੇ ਦਿਨ 'ਚ 100 ਰੁਪਏ ਕਮਾਉਂਦਾ, ਉਹ ਕੀ ਸਬਜ਼ੀ ਲੈ ਲਏਗਾ? ਅਫਗਾਨਿਸਤਾਨ ਦਾ ਪਿਆਜ ਵੀ 80 ਰੁਪਏ ਕਿਲੋ ਘੱਟ ਨਹੀਂ ਮਿਲਦਾ। ਨਹੀਂ, ਉਨਕਾ ਤਾਂ ਲੈਣਾ ਹੀ ਨਹੀਂ ਚਾਹੀਏ। ਜੇ ਸਰਕਾਰ ਮੰਗੋ, ਪਾਕਿਸਤਾਨ ਭੀਖ ਮੰਗਦੇ, ਇਸੀ ਭਾਰਤ ਸਰਕਾਰ ਹੋ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਆਲੂ ਤੇ ਪਿਆਜ ਹੈ, ਔਰ ਆਲੂ ਪਿਆਜ ਨੇ ਸੱਚਮੁੱਚ ਦੁਨੀਆ ਦਾ ਧੂੰਆਂ ਕੱਢਿਆ ਹੋਇਆ ਹੈ। ਜਦੋਂ ਨਵਾਂ ਆਲੂ ਆਇਆ ਕਰਦਾ ਸੀ ਤਾਂ ਉਸ ਵੇਲੇ ਜ਼ਿਆਦਾ ਕਰਕੇ 10 ਰੁਪਏ ਦਾ ਕਿਲੋ ਮਿਲ ਜਾਂਦਾ ਸੀ, ਔਰ ਬਹੁਤ ਅੱਛਾ ਆਲੂ ਹੁੰਦਾ ਸੀ। ਔਰ ਪਿਆਜ਼ਾਂ ਨੇ ਤਾਂ ਜਮਾਂ ਹੀ, ਮਤਲਬ ਜਿਹੜਾ ਹੈ, ਜਿਹੜੇ ਇਹਨਾਂ ਦੇ ਰੇਟ ਨੇ ਉਹ ਆਸਮਾਨ ਛੂਹ ਰਹੇ ਨੇ। ਮੇਰੇ ਨਾਲ ਇੱਕ ਵੀਰ ਨੇ, ਉਹ ਪਿਆਜ਼ ਅਤੇ ਆਲੂ ਲਗਾ ਕੇ ਬੈਠੇ ਹੋਏ ਨੇ। ਉਹਨਾਂ ਨੂੰ ਪੁੱਛਦੇ ਹਾਂ ਕਿ ਆਖਿਰ ਇੰਨੀ ਮਹਿੰਗਾਈ ਹੋਣ ਦਾ ਕਾਰਨ ਕੀ, ਕਿਆ ਕਾਰਨ ਹੋ ਸਕਦਾ ਹੈ? ਤਾਂ ਫਸਲ ਖਰਾਬ ਹੋਣ ਕਰਕੇ ਹੋਇਆ ਜੀ ਸਾਰਾ। ਨਾਸਿਕ 'ਚ, ਨਾਸਿਕ ਦੀ ਫਸਲ ਜਿਹੜੀ ਸੀ ਪੂਰੇ ਹਿੰਦੁਸਤਾਨ ਨੂੰ ਸਪਲਾਈ ਕਰਦੀ ਹੈ, ਉਹ ਖਰਾਬ ਹੋ ਗਈ ਇਸ ਵਾਰ, ਇਸ ਕਰਕੇ ਪਿਆਜ ਇੰਨਾ ਤੇਜ਼ ਹੋਇਆ ਜੀ। ਜੇ ਖਰਾਬ ਵੀ ਹੋ ਗਈ ਤਾਂ ਕਮ ਸੇ ਕਮ 100-120 ਤੱਕ ਪਿਆਜ ਕਦੇ ਨਹੀਂ ਸੁਣਿਆ ਸੀ? ਨਹੀਂ, ਕਦੇ ਨਹੀਂ ਹੋਇਆ ਸੀ, ਲੇਕਿਨ ਇਸ ਵਾਰ ਜ਼ਿਆਦਾ ਤੇਜ਼ੀ ਆਈ ਹੈ ਜੀ। ਇਹ ਫਸਲ ਖਰਾਬ ਹੋਣ ਕਰਕੇ ਹੋਇਆ ਜੀ ਸਾਰਾ। ਹੁਣ ਆਉਣ ਵਾਲੇ ਦਿਨਾਂ ਵਿੱਚ ਕੀ ਹੋ ਸਕਦਾ? ਹੁਣ ਨਾਸਿਕ ਦੀ ਫਸਲ ਸ਼ੁਰੂ ਹੋ ਗਈ ਹੈ, ਇਹ ਉਮੀਦ ਹੈ ਕਿ ਡਾਊਨ ਹੋ ਜਾਏਗਾ ਪਿਆਜ। ਅਤੇ ਆਲੂਆਂ ਦੇ, ਆਲੂ ਵੀ 20-25 ਔਰ 35 ਤੱਕ ਵੀ ਪਹੁੰਚੇ ਸੀ ਸ਼ੁਰੂ ਵਿੱਚ? ਆਲੂ ਤਾਂ ਨਵੇਂ ਆਲੂ ਤੇਜ਼ ਹੁੰਦਾ ਹੀ ਹੈ, ਪਰ ਇੰਨਾ ਤੇਜ਼ ਨਹੀਂ ਰਹਿੰਦਾ, ਡਾਊਨ ਹੋ ਜਾਂਦਾ ਹੈ। ਲੇਕਿਨ ਇਸ ਵਾਰ ਆਲੂ ਦੀ ਫਸਲ ਨੂੰ ਨੁਕਸਾਨ ਪਿਆ ਕਾਫੀ, ਇਸ ਵਾਰ ਆਲੂ ਤੇਜ਼ ਰਹੇਗਾ। ਅੱਛਾ, ਤੁਸੀਂ ਜਿਹੜੇ ਸ਼ੁਰੂ ਤੋਂ ਹੀ ਆਲੂ ਤੇ ਪਿਆਜ਼ ਹੀ ਲਗਾ ਕੇ ਬੈਠਦੇ ਹੋ? ਹਾਂਜੀ ਹਾਂਜੀ, ਸਿਰਫ ਆਲੂ ਪਿਆਜ਼ ਹੀ ਵੇਚਦੇ ਹਾਂ। ਤੇ ਮਤਲਬ ਤੁਹਾਨੂੰ ਕੀ ਰੇਟ ਪੈਂਦੇ ਆ ਤੇ ਤੁਸੀਂ ਅੱਗੇ ਕੀ ਸਪਲਾਈ ਕਰਦੇ? ਇਹ 90-92 ਰੁਪਏ ਕਿਲੋ ਆੜਤ ਤੇ ਆ ਰਿਹਾ ਜੀ। ਅੱਛਾ ਜੀ, ਅੱਗੇ 100 ਰੁਪਏ ਵਿਕਦਾ ਜੀ, ਛਾਂਟ ਮਾਂਟ ਕੱਢਣ ਤੋਂ ਬਾਅਦ, ਇਸ ਤੇ ਸਫਾਈ ਕਰਨ ਤੋਂ ਬਾਅਦ ਸਾਨੂੰ 2-3 ਰੁਪਏ ਦਾ ਮਾਰਜਨ ਪੈਂਦਾ ਜੀ ਸਾਰਾ। ਅੱਛਾ, ਖਰੀਦਦਾਰੀ ਵਿੱਚ ਕਿੰਨਾ ਕੁ ਫਰਕ ਪਿਆ ਜਦੋਂ ਦੇ ਮਹਿੰਗੇ ਹੋਏ ਆ? ਬਹੁਤ ਫਰਕ ਪੈ ਗਿਆ ਜੀ, ਦੁਕਾਨਦਾਰੀ ਬਿਲਕੁਲ ਨਾ ਮਾਤਰ ਰਹਿ ਗਈ ਜੀ। ਜਹਾਂ 10 ਕੱਟੇ ਵਿਕਤੇ ਤੇ ਵਹਾਂ 2 ਕੱਟੇ ਮਾਰਜਨ ਆ ਗਿਆ ਸਾਰਾ। ਬਿਲਕੁਲ, ਇਸ ਵੀਰ ਨੇ ਬਾਖੂਬੀ ਦੱਸਿਆ ਕਿ ਜਿੱਥੇ 2 ਕੱਟੇ ਵਿਕਦੇ ਸੀ ਔਰ ਉੱਥੇ ਅੱਜ ਹਾਲਾਤ ਆ। ਮੇਰੇ ਨਾਲ ਇੱਕ ਵੀਰ ਜੀ ਜੁੜੇ ਨੇ, ਇਹਨਾਂ ਤੋਂ ਪੁੱਛਦੇ ਆ ਕਿ ਵੱਧਦੀ ਮਹਿੰਗਾਈ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵੱਧਦੀ ਮਹਿੰਗਾਈ ਨੂੰ ਲੈ ਕੇ ਕੀ ਕਹਿਣਾ ਯਾਰ, ਗਰੀਬ ਆਦਮੀ ਕੀ ਕਰੇਗਾ? ਜੋ ਇਹਦੀ 5-4 ਹਜ਼ਾਰ ਰੁਪਇਆ ਤਨਖਾਹ, ਉਹਦਾ ਬੇਚਾਰੀ ਖਰਚਾ, ਇਹਦਾ ਸਬਜ਼ੀਆਂ ਹੀ ਨਿਕਲਦਾ, ਕੀ ਬੱਚੇ ਦੀ ਫੀਸ ਦੇਊਗਾ, ਕੀ ਬੱਚੇ ਦੇ ਕੱਪੜੇ ਲੈ ਕੇ ਦੇਊ, ਕੀ ਦਵਾਈ ਲਊਗਾ, ਉਹ ਕੀ ਖਾਊਗਾ ਵੀ ਕੀ ਉਹ? ਪਿਆਜ ਹੀ 100 ਤੋਂ ਉੱਪਰ 120 ਰੁਪਏ ਤੱਕ ਹੋ ਗਏ। 120-25-30 ਰੁਪਏ ਹੈ ਜੀ। ਇਹ ਕਹਿੰਦੀ ਦੱਸ ਦੇ ਹੁਣ ਹੋਰ ਨੇ, ਇਹ ਹੱਥ ਚੰਦ ਖਾਣ ਹੋਰ, ਦਿਖਾਉਣ ਵਾਲੇ ਹੋਰ ਨੇ ਜੀ। ਇਹ 130 ਰੁਪਏ ਦਾ ਕਿਲੋ ਪਿਆਜ਼ ਦਿੰਦੇ ਨੇ, ਆਲੂ ਦਿੰਦੇ ਨੇ ਜੀ, 130 ਰੁਪਏ ਪਿਆਜ਼ ਦਿੰਦੇ ਨੇ, 30 ਰੁਪਏ ਆਲੂ ਆ। ਗੋਭੀ ਵੀ ਤੁਸੀਂ 50 ਰੁਪਏ ਕਿਲੋ ਮਟਰ ਹੈ, 40 ਰੁਪਏ ਕਿਲੋ ਗਾਜਰਾਂ ਨੇ, ਔਰ ਗੋਂਗੂ ਨੂੰ ਕੋਈ ਪੁੱਛਦਾ ਨਹੀਂ ਕੋਈ, ਇਹ ਵੀ 20-30 ਰੁਪਏ ਕਿਲੋ ਹੈ। ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਕੀ ਮੰਗ ਕਰਦੇ ਸਰਕਾਰ ਨੂੰ, ਕਹਿਣਾ ਚਾਹੀਦਾ ਵੀ ਕੋਈ ਇੱਕਦਮ ਦੀ ਚੁੰਗੀ ਚਾਂਗੀ ਬਹੁਤ ਕੱਟੀ ਜਾਂਦੀ ਹੈ ਜੀ ਜੀ, ਇਹ ਇਹਨੇ ਠੀਕ ਹੋਣੀ ਚਾਹੀਦੀ। ਵੀਰ ਕਹਿ ਰਿਹਾ ਕਿ 90-90 ਰੁਪਏ ਤੱਕ ਸਾਨੂੰ ਆੜ ਤੋਂ ਸਪਲਾਈ, ਅਸੀਂ ਵੀ ਕੀ ਕਰੀਏ? ਇਹ ਵੀ ਬਿਲਕੁਲ ਠੀਕ ਬੋਲਦਾ ਜੀ, ਆੜ ਤੇ ਬਹੁਤ ਆ ਜੀ ਜੀ। ਹਾਂਜੀ, ਤੇ ਸਬਜ਼ੀਆਂ ਕੋਈ ਰੇਟ ਗਵਰਨਮੈਂਟ ਨੂੰ ਘਟਾਉਣਾ ਚਾਹੀਦਾ ਜੀ, ਬਾਹਰੋਂ ਮੰਗਾਉਣ ਪਿਆਜ, ਜੇ ਇੱਥੇ ਨਹੀਂ ਪਿਆਜ ਫਸਲ ਖਰਾਬ ਹੋ ਗਈ ਆ। ਗਰੀਬ ਬੰਦੇ ਦਾ ਜੀਣਾ ਤਾਂ ਬਹੁਤ ਦੁੱਭਰ ਹੋ ਗਿਆ ਜੀ, ਜੀ ਬਹੁਤ ਔਖਾ ਹੋਇਆ ਪਿਆ। ਗਰੀਬ ਬੰਦਾ ਕਿਆ ਕਰੇਗਾ? ਕੀ ਕਰਦੇ ਹੋ ਤੁਸੀਂ? 300 ਰੁਪਏ ਦਿਹਾੜੀ ਕਮਾਉਂਦਾ, ਕਿਆ ਕਰੇਗਾ, ਕਿਆ ਕਰੇਗਾ? ਹਾਂਜੀ ਬਿਲਕੁਲ। ਤੇ ਤੁਸੀਂ ਮਤਲਬ ਆਮ ਜਿਹੜੀ ਗੋਭੀ ਹੁੰਦੀ ਸੀ, ਕਦੇ ਸੁਣਿਆ ਸੀਗਾ ਕਿ 20-25 ਰੁਪਈਏ 10 ਰੁਪਈਏ ਦੀ 2-2 ਕਿਲੋ ਤੱਕ ਕਿਲੋ ਪਾਉਂਦੇ ਸੀ, 10 ਰੁਪਏ 2-2 ਕਿਲੋ ਪਾਉਂਦੇ ਸੀ ਜੀ। ਹਾਂਜੀ ਹਾਂ ਜੀ, ਹੁਣ ਅੱਜ ਦੇਖ ਲਓ ਜੀ ਪਿਆਜ਼ ਕਿੰਨਾ ਮਹਿੰਗਾ ਹੋ ਰਿਹਾ, ਜੇ ਬਾਹਰੋਂ ਪਿਆਜ਼ ਆ ਜੇ ਸਾਰਾ ਕੁਛ ਮਸਲਾ ਹੱਲ ਹੋ ਜਾਏ। ਔਰ ਲੋਕਾਂ ਨੇ ਇਹ ਵੀ ਕਿਹਾ ਸੀ ਵੀ ਚਲੋ ਅਸੀਂ ਲਾਲ ਪਿਆਜ਼ ਦੀ ਖਾਣ ਦੀ ਬਜਾਏ ਹਰਾ ਪਿਆਜ਼ ਖਾ ਲਵਾਂਗੇ, ਉਹ ਵੀ 80-90 ਰੁਪਏ 80-90 ਰੁਪਏ ਕਿਲੋ ਵਿਕ ਰਿਹਾ ਜੀ। ਬਾਬੂ ਜੀ ਜੀ, ਗਵਰਨਮੈਂਟ ਵਾਅਦੇ ਬਹੁਤ ਕਰਦੀ ਹੈ ਜੀ, ਪਰ ਕਰਦੇ ਕੁਛ ਨਹੀਂ, ਵਾਅਦੇ ਉਤਰਦੇ ਨੇ ਪੂਰੇ। ਵੋਟਾਂ ਲੈਣ ਵੇਲੇ ਕਹਿੰਦੇ ਸੀ ਐਂ ਕਰਾਂਗੇ ਉਹ ਕਰਾਂਗੇ, ਕੁਛ ਨਹੀਂ ਕਰਦੇ ਜੀ। ਇਹ ਬਸ ਵੋਟਾਂ ਲੈਂਦੇ ਨੇ, ਆਪਣੇ ਘਰ ਨੀਂਦ ਸੁੱਤੇ ਮਾਲ, ਨੌਕਰ ਇਹਨਾਂ ਦੇ ਆਉਂਦੇ ਆ, ਸਬਜ਼ੀਆਂ ਲੈ ਕੇ ਫ੍ਰੀ ਜਾਂਦੇ ਦੇ ਜਾਂਦੇ ਨੇ, ਉਹ ਘਰੇ ਲੈ ਕੇ ਆਪਦੇ ਖਾਂਦੇ ਨੇ। ਦੁਕਾਨਦਾਰਾਂ ਦਾ ਵੀ ਕੋਈ ਰੋਸ ਨਹੀਂ ਹੈ ਕੋਈ, ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਇਹਨਾਂ ਦਾ ਵੀ ਕੀ ਕਸੂਰ ਹੈ? ਸੱਚੇ ਬਿਲਕੁਲ, ਬਸ ਮਹਿੰਗਾਈ ਬਹੁਤ ਹੋਈ ਹੋਈ ਹੈ, ਸਭ ਨੂੰ ਪਤਾ ਹੈ, ਬੜਾ ਬੁਰਾ ਹਾਲ ਹੈ ਲੋਕਾਂ ਦਾ। ਮੈਂ ਪਿਆਜ਼ ਲੈਣਾ ਸੀ 130 ਰੁਪਏ ਕਿਲੋ ਹੈ, ਕਿਆ ਲਈ ਪਾਈਆ ਕੇ ਲੈ ਜਾਣੇ ਸੀਗੇ, ਉਹ ਦੇਖਦੇ ਹਾਂ ਹੁਣ, ਸੋਚਦੇ ਹਾਂ ਲਈਏ ਨਾ ਲਈਏ, ਕਬੀਲਦਾਰੀ ਆ, ਕਰਨੀ ਪੈਂਦੀ ਹੈ। ਵੀਰ ਜੀ ਤੁਸੀਂ ਕੀ ਕਰਦੇ ਹੋ? ਮੈਂ ਤਾਂ ਜੀ ਪੜ੍ਹਦਾ। ਪੜ੍ਹਦਾ ਕੀ ਕੀ ਪੜ੍ਹਦੇ ਹੋ ਤੁਸੀਂ? ਮੈਂ ਰਮਿੰਦਰ ਕਾਲਜ ਪੜ੍ਹਦਾ ਜੀ। ਅੱਛਾ, ਇੱਥੇ ਕਿੱਦਾਂ ਮਤਲਬ ਕੋਈ? ਇੱਥੇ ਤਾਂ ਮੈਂ ਪਿਆਜ਼ ਲੈਣਾ ਸੀ 150 ਰੁਪਏ। ਹਾਂਜੀ ਲੈ ਤਾਂ ਲੱਤੇ, ਉਹ ਘੱਟ ਲੱਤੇ, 2 ਲੈਣੇ ਤਾਂ 7 ਕਿਲੋ ਦੇ, 2 ਕਿਲੋ ਲੱਤੇ ਨੇ ਜੀ। ਠੀਕ ਹੈ, ਰੇਟ ਇਹਨੇ ਵਧਣ ਦੇ ਕਾਰਨ ਕੀ ਹੈ ਯਾਰ? ਇਹ ਤਾਂ ਇਹਨੂੰ ਮੋਦੀ ਨੂੰ ਪੁੱਛੋ ਕੀ ਕਰ ਰਿਹਾ ਉਹ। ਔਰ
ਪਿਛਲੇ ਦਿਨ ਇਹ ਵੀ ਕਿਹਾ ਜਾਂਦਾ ਸੀਗਾ ਕਿ ਮਤਲਬ 25-30 ਰੁਪਏ ਤੱਕ ਪਿਆਜ਼ ਆ ਜਾਣਗੇ, ਇਸ ਗੱਲ ਨੂੰ ਸੁਣਦਿਆਂ ਵੀ 2 ਮਹੀਨੇ ਹੋ ਗਏ। ਕਾਹਨੂੰ ਕਰਦੇ ਨੇ ਤਾਂ ਬਸ ਉਹੀ ਫਾਰਮੈਲਿਟੀਆਂ ਕਰਦੇ ਨੇ ਆਪਦੀਆਂ, ਜਿੱਦਣ ਕਰਨਗੇ ਉਦਣ ਪਤਾ ਲੱਗੂਗਾ। ਇਹ ਤਾਂ ਬਹੁਤ ਚੱਕਰ ਗਏ ਪਏ ਆ, ਇਹ ਤਾਂ ਕਹਿੰਦੇ ਨੇ ਹੁਣ ਕਹਿੰਦੇ ਹੋਰ ਮਹਿੰਗੇ ਹੋਣਗੇ, ਇਹ ਵਿਚਾਰੇ ਕੀ ਕਰਨਾ ਹੁਣ, ਇਹਨਾਂ ਦੀ ਦੁਕਾਨਦਾਰੀ ਹੈ। ਅਫਗਾਨਿਸਤਾਨ ਤੋਂ ਪਿਆਜ ਆਇਆ, ਉਹ ਇਹੋ ਜਿਹਾ ਪਿਆਜ ਹੈ ਲੋਕ ਪਸੰਦ ਨਹੀਂ ਕਰਦੇ ਉਹਨੂੰ। ਇਹ ਜਿਹੜਾ ਇਹ ਪਿਆਜ ਹੈ ਨਾਸਿਕ ਵਾਲਾ ਪਿਆਜ ਹੈ, ਉਹ ਨਾਸਿਕ ਵਾਲਾ ਪਿਆਜ ਬੜਾ ਉਹ ਹੈ, ਮਹਿੰਗਾ ਬਹੁਤ ਹੈ। ਉੱਥੇ ਮੰਡੀ ਵਾਲਿਆਂ ਨਾਲ ਗੱਲ ਕਰੋ, ਮੰਡੀ ਵਾਲੇ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ, ਪਿੱਛੋਂ ਆ ਰਹੇ ਹਾਂ। ਬਿਲਕੁਲ ਦੋਸਤੋ, ਜਿਵੇਂ ਤੁਸੀਂ ਦੇਖਿਆ ਕਿ ਵੀਰਾਂ ਦਾ ਆਪਣਾ ਆਪਣਾ, ਹਰ ਇੱਕ ਦਾ ਆਪਣਾ ਆਪਣਾ ਦੁੱਖ ਹੈ, ਇਹ ਤੁਸੀਂ ਜਾਣਦੇ ਹੋ। ਖਾਸ ਕਰਕੇ ਉਹ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ 'ਚ ਕੰਮ ਆਉਂਦੀਆਂ ਨੇ, ਆਲੂ ਪਿਆਜ਼ ਸਾਡੀ ਰਸੋਈ ਵਿੱਚ ਨਹੀਂ ਹੋਏਗੀ ਤਾਂ ਰਸੋਈ ਦੀ ਸ਼ੋਭਾ ਨਹੀਂ ਮੰਨਿਆ ਜਾਏਗਾ। ਔਰ ਤੁਸੀਂ ਵੈਸੇ ਵੀ ਦੇਖ ਲਓ ਦੋਸਤੋ ਕਿ ਅੱਜ 125-130 ਰੁਪਈਏ ਕਿਲੋ ਪਿਆਜ਼ ਹੈ, ਔਰ ਮੇਰਾ ਵੀਰ ਕਹਿੰਦਾ ਕਿ 7 ਕਿਲੋ ਪਿਆਜ਼ ਘਰੋਂ ਲੈਣ ਆਇਆ ਸੀ, 2 ਕਿਲੋ ਲੈ ਕੇ ਜਾ ਰਿਹਾ। ਕਰੇ ਤਾਂ ਕੀ ਕਰੇ ਬੰਦਾ। ਅਸੀਂ ਹੋਰ ਵੀ ਬਹੁਤ ਸਾਰੀਆਂ ਭੈਣਾਂ ਨਾਲ, ਵੀਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਹ ਸਰਕਾਰ ਤੋਂ ਕੀ ਡਿਮਾਂਡ ਰੱਖਦੇ ਨੇ। ਜਿਹੜੀ ਸਬਜ਼ੀ ਹੈ ਉਹ ਬੰਦਾ ਖਾਵੇ ਤਾਂ ਕੀ ਖਾਵੇ, ਦਿਨੋਂ ਦਿਨ ਮਹਿੰਗਾਈ ਨੇ ਲੱਕ ਤੋੜਿਆ ਹੋਇਆ। ਕੀ ਕਹਿਣਾ ਚਾਹੁੰਦੇ ਹੋ ਭੈਣ ਜੀ? ਬਸ ਜੀ ਇਹੀ ਹੈ ਵੀ ਦਹੀਂ ਲੈ ਲਓ, ਮੇਥੀ ਬਣਾਓ, ਮੇਥੀ ਵਾਲੀ ਰੋਟੀ ਖਾ ਲਓ, ਮੂਲੀ ਵਾਲੀ ਖਾ ਲਓ, ਇਹੀ ਹੈ। ਪਿਆਜ਼ ਤਾਂ 100 ਰੁਪਇਆ 100 ਤੋਂ ਉੱਪਰ ਹੋ ਗਿਆ, ਹਾਂਜੀ। ਬਸ ਜਿਹੜੇ 10-10 ਕਿਲੋ ਲੈਂਦੇ ਤੇ ਅਸੀਂ 20-20 ਕਿਲੋ ਲੈਂਦੇ ਤੇ ਦੁਕਾਨਦਾਰ ਵੀ ਕਹਿੰਦਾ ਸੀ ਅੱਜ ਵਧੀਆ ਲੈ ਜਾਓ, ਬਸ ਹੁਣ ਅਸੀਂ ਕਿਲੋ ਤੇ ਅੱਧਾ ਕਿਲੋ ਤੇ ਹੀ ਆ ਗਏ। ਮਤਲਬ ਗੋਭੀ ਵੀ ਤੁਸੀਂ ਦੇਖ ਲਓ, ਹਰ ਮਹਿੰਗਾਈ ਨੇ ਤਾਂ ਪੂਰੀ ਤਰ੍ਹਾਂ ਕਿੜ ਕੱਢੀ ਕੱਢੀ ਹੋਈ ਹੈ। ਹਾਂਜੀ ਹਾਂ, ਬਸ ਦੇਖਦੇ ਜਾਂਦੇ ਆ, ਪਹਿਲਾਂ ਸਾਰੇ ਦੇਖਦੇ ਜਾਂਦੇ ਆ, ਫਿਰ ਦੇਖਦੇ ਆ ਵੀ ਕਿੱਥੇ ਸਸਤੀ ਮਿਲੂਗੀ ਜੀ, ਪਰ ਰੇਟ ਇੱਕੋ ਹੀ ਹੈ, ਰੇਟ ਸਾਰਿਆਂ ਦਾ ਇੱਕੋ ਹੀ। ਹਾਂਜੀ ਇੱਕੋ ਹੀ। ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰਾਂ ਤੋਂ ਤੁਸੀਂ? ਬਸ ਇਹੀ ਹੈ ਜੀ ਵੀ ਜਿਹੜੇ ਹੁਣ ਰਿਟਾਇਰ ਬੰਦੇ ਆ ਜਿਹੜੇ ਬਜ਼ੁਰਗ ਹੋਏ ਪਏ ਆ, ਉਹਨਾਂ ਨੂੰ ਤਾਂ ਇਹ ਹੈ ਵੀ ਉਹਨਾਂ ਲਈ ਤਾਂ ਕੋਈ ਨਾ ਕੋਈ ਚੀਜ਼ ਸਹੂਲਤ ਜਾਂ ਤਾਂ ਕੋਈ ਅਲੱਗ ਤੋਂ ਹੋਣਾ ਚਾਹੀਦਾ। ਬਿਲਕੁਲ, ਕੋਈ ਅਲੱਗ ਤੋਂ ਹੋਵੇ ਆ ਬੰਦਾ ਉੱਥੋਂ ਲੈ ਜਾ ਕੇ, ਬਿਲਕੁਲ, ਕਿਉਂਕਿ ਉਹਨਾਂ ਨੂੰ ਤਾਂ ਹੁਣ ਕੁਛ ਨਹੀਂ। ਅੱਛਾ ਇਹ ਵੀ ਕਹਿੰਦੇ ਸੀਗੇ ਵੀ ਜੇ ਲਾਲ ਪਿਆਜ਼ ਮਹਿੰਗਾ ਤੇ ਚਲੋ ਹਰਾ ਪਿਆਜ਼ ਹੀ ਕਰ ਲਓ, ਲੇਕਿਨ ਉਹ ਵੀ 60 ਰੁਪਏ ਹੈ ਜੀ। 80 ਤੋਂ ਮੈਂ 80 ਤਾਂ ਮੈਂ ਖਰੀਦਿਆ। ਹਾਂਜੀ ਹੁਣ ਇੱਕ ਦਿਨ ਹਫਤੇ ਦੀ ਗੱਲ ਹੈ ਜਦ ਸੀਗੇ ਜੀ 60, ਹੁਣ ਮੈਂ ਤਾਂ ਹਫਤੇ ਬਾਅਦ ਆਈ ਆ। ਅੱਛਾ ਜੀ, ਹੁਣ ਅਜੇ ਪੁੱਛਿਆ ਨਹੀਂ, ਅਜੇ ਤਾਂ ਬੜੇ ਹੀ ਆ, ਅਜੇ ਐਂਟਰੀ ਕੀਤਾ। ਹਾਂਜੀ ਹਾਂ, ਮਤਲਬ ਦੇਖ ਕੇ ਵੀ ਡਰ ਲੱਗਦਾ ਹੁਣ ਤਾਂ। ਪੁੱਛਦੇ ਆ ਰਹੇ ਆ ਜੀ ਵੀ ਕਿਤੇ ਠੀਕ ਢੰਗ ਨਾਲ ਚੀਜ਼ ਮਿਲੂਗੀ। ਠੀਕ ਹੈ, ਬਹੁਤ-ਬਹੁਤ ਮਿਹਰਬਾਨੀ। ਹਾਂਜੀ ਦੋਸਤੋ, ਸਬਜ਼ੀ ਮੰਡੀ ਪਟਿਆਲੇ ਦੇ ਵਿੱਚ ਖੜ੍ਹੇ ਹਾਂ, ਔਰ ਤੁਸੀਂ ਵੇਖਿਆ ਕਿਸ ਤਰ੍ਹਾਂ ਭੈਣ ਨੇ ਮਤਲਬ ਵੀਰਾਂ ਨੇ ਆਪਣਾ ਦੁੱਖ ਦਾ ਇਜ਼ਹਾਰ ਕੀਤਾ ਕਿ ਸਬਜ਼ੀ ਬਹੁਤ ਮਹਿੰਗੀ ਹੈ, ਟਮਾਟਰ ਵੀ 25 ਰੁਪਈਏ ਕਿਲੋ ਆ, ਟਮਾਟਰ 25 ਰੁਪਈਏ ਕਿਲੋ ਆ, ਲੇਕਿਨ ਵੀਰ ਤੋਂ ਪੁੱਛਦੇ ਹਾਂ ਕਿ ਇਹਨਾਂ ਦਾ ਵੀ ਕੋਈ ਕਸੂਰ ਨਹੀਂ, ਕਿਉਂਕਿ ਇਹਨਾਂ ਨੇ ਵੀ ਆੜਤ ਲੱਗਦੀ ਆ, ਹੋਰ ਕਈ ਖਰਚੇ ਨੇ, ਔਰ ਜੇ ਕਮ ਸੇ ਕਮ ਜਿਹਨਾਂ ਨੂੰ 5-7 ਰੁਪਈਏ ਨਾ ਕਿਲੋ ਦੇ ਪਿੱਛੇ ਵਚਨ, ਤਾਂ ਇਹਨਾਂ ਦੀ ਜਿਹੜੀ ਪੂਰੀ ਦਿਨ ਦੀ ਦਿਹਾੜੀ ਆ ਉਹ ਵੀ ਬੇਕਾਰ ਜਾਂਦੀ ਹੈ। ਵੀਰ ਨਾਲ ਗੱਲਬਾਤ ਕਰਦੇ, ਵੀਰ ਜੀ ਕੀ ਰੇਟ ਤੁਹਾਨੂੰ ਮਿਲਦੇ ਪਿਆ ਜੀ? 350 ਰੁਪਏ ਖਰਚਾ ਆਇਆ ਹੋਇਆ ਜੀ। ਅੱਛਾ ਜੀ, ਹਾਂਜੀ 22 ਕਿਲੋ ਮਾਲ ਹੁੰਦਾ, 20-22 ਕਿਲੋ ਮਾਲ ਹੁੰਦਾ ਇਸ ਅੰਦਰ, ਜਿਸੇ 5 ਕਿਲੋ ਖਰਾਬ ਹੁੰਦਾ ਜੀ, ਨੀਚੇ ਗੋਲੀਆਂ ਪਾ ਰੱਖਦੇ ਹਾਂ। ਅੱਛਾ ਜੀ, ਹਾਂਜੀ 18-20 ਰੁਪਏ ਘਰ ਪੈਂਦਾ, 25-22 ਰੁਪਏ ਸਾਰਾ ਦਿਨ ਵੇਚਦੇ, ਕੱਚੇ ਵੀ ਹੈ, ਸਭ ਕੁਝ ਵਿੱਚ ਹੀ ਨਿਕਲਦਾ ਜੀ, ਵਿੱਚ ਦਾਗ ਹੀ ਨਿਕਲਦਾ। ਹਾਂ ਉੱਪਰ ਵਧੀਆ ਮਾਲ ਹੁੰਦਾ, ਨੀਚੇ ਦਾਗੀ ਹੁੰਦਾ ਜੀ। ਅੱਛਾ ਜੀ, ਹਾਂਜੀ ਇਸ ਕਰਕੇ ਇਹਨੂੰ 25 ਰੁਪਏ ਵੇਚ ਰਹੇ ਹਾਂ ਜੀ ਸ਼ਾਮ ਤੱਕ। ਤੁਹਾਨੂੰ ਆਪਣੇ ਵਾਸਤੇ ਕਿੰਨੇ ਦਾ ਪੈ ਗਿਆ? 18-19 ਰੁਪਏ ਘਰ ਪੈਂਦਾ ਜੀ। ਹਾਂਜੀ 25 ਰੁਪਏ ਵੇਚ ਰਹੇ ਹਾਂ, ਬਾਕੀ ਸ਼ਾਮ ਨੂੰ 20-20 ਵੇਚਣਾ ਪੈਂਦਾ ਜੀ। 20-20 ਵੇਚਣਾ ਪੈਂਦਾ, ਵੇਚ ਕੇ ਜਾਣ ਕਿਸੇ? ਹਾਂਜੀ ਹਾਂ, ਹਾਂਜੀ ਹਾਂ ਕੱਢਣਾ, ਹਾਂਜੀ ਇਹੀ ਚੱਕਰ। ਦੋਸਤੋ ਫਿਰ ਉਹੀ ਗੱਲ ਹੈ ਨਾ ਵੀ ਜੇ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ? ਬਹੁਤ ਵਧੀਆ ਗੱਲ ਦੱਸੀ ਆ ਕਿ ਉੱਪਰ ਉੱਪਰ ਵਧੀਆ, ਔਰ ਨੀਚੇ ਨੀਚੇ ਕੁਛ ਗੋਲੀਦਾਰ ਮਤਲਬ ਛੋਟੇ ਛੋਟੇ ਜਿਹੜੇ ਟਮਾਟਰ ਉਹ ਪਾ ਦਿੰਦੇ ਆ ਤਾਂ ਕਿ ਉੱਪਰ ਉੱਪਰ ਕਿਹੜਾ ਦੇਖਦਾ, ਔਰ 18-19 ਰੁਪਏ ਇਹਨਾਂ ਨੂੰ ਘਰ ਪੈਂਦਾ, ਔਰ ਉਸ ਤੋਂ ਬਾਅਦ ਲੇਬਰ ਹੈ। ਵੀਰ ਨੇ ਦੱਸਿਆ ਕਿ 20 ਰੁਪਈਏ ਅਸੀਂ ਸ਼ਾਮ ਨੂੰ ਕੱਢਣ ਦੀ ਕਰਦੇ ਹਾਂ ਕਿ ਕੱਲ੍ਹ ਨੂੰ ਕੋਈ ਹੋਰ ਚੀਜ਼ ਪਾਵਾਂਗੇ। ਮੇਰੇ ਨਾਲ ਇੱਕ ਭੈਣ ਜੁੜੀ ਹੈ, ਇਹਨਾਂ ਤੋਂ ਪੁੱਛਦੇ ਹਾਂ ਕਿ ਮਹਿੰਗਾਈ ਨੇ ਲੱਕ ਪੂਰੀ ਤਰ੍ਹਾਂ ਤੋੜਿਆ, ਭੈਣ ਜੀ ਅੱਜ ਜਿਹੜੀ ਵੱਧ ਰਹੀ ਮਹਿੰਗਾਈ ਹੈ ਕੀ ਕਹਿਣਾ ਚਾਹੁੰਦੇ? ਬਹੁਤ ਮਹਿੰਗਾਈ ਹੈ ਵੀਰ ਜੀ, ਬਹੁਤ ਜ਼ਿਆਦਾ। ਪਿਆਜ਼ ਆਲੂ ਦੀ ਉੱਠਣ ਦਿੰਦੇ? ਨਾ ਜੀ, ਬਹੁਤ ਖਰਚਾ ਬਹੁਤ ਹੋ ਰਿਹਾ ਜੀ, ਬਹੁਤ ਜ਼ਿਆਦਾ। ਮਤਲਬ ਪਿਆਜ਼ਾਂ ਦੇ ਇੰਨੇ ਜਿਹੜੇ ਰੇਟ ਹੈ ਉਹਦਾ ਕਾਰਨ ਕੀ ਮਹਿਸੂਸ ਕੀਤਾ ਤੁਸੀਂ? ਇਹ ਵੀ ਚੱਲ ਵੀ ਜ਼ਿਆਦਾ ਨਹੀਂ ਖਾ ਸਕਦੇ, ਥੋੜ੍ਹੇ ਲੈ ਲਓ, ਬਸ ਇਹੀ ਹਿਸਾਬ ਹੈ ਜੀ। ਲੇਕਿਨ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਤੋਂ, ਕੀ ਮੰਗ ਕਰਦੇ ਹੋ ਤੁਸੀਂ? ਇਹੀ ਮੰਗ ਕਰਦੇ ਵੀ ਸਸਤਾ ਕਰੋ ਮਾੜਾ ਮੋਟਾ, ਗਰੀਬਾਂ ਲਈ।
ਔਰ ਜਿਹੜੇ ਰੋਜ਼ ਦਿਹਾੜੀ ਕਮਾਉਂਦੇ ਨੇ ਵਿਚਾਰੇ ਰੋਜ਼ ਦਿਹਾੜੀਦਾਰ ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੁੰਦਾ ਉਹ ਤਾਂ ਜੀਰੇ ਨਾਲ ਤੜਕਾ ਲਾ ਕੇ ਖਾਂਦੇ ਆ ਜੀ ਅਸੀਂ ਰਕਸਾ ਰੈਡੀ ਚਲਾਉਂਦੇ ਹਾਂ ਸਾਨੂੰ ਇਹਦੇ ਵਿੱਚ ਨਾ 100 ਰੁਪਏ ਨਹੀਂ ਬਣਦਾ ਮਰ ਪਿੱਟ ਕੇ ਕਿਉਂ ਨਹੀਂ ਬਣਦਾ ਨਹੀਂ ਕੰਮ ਕਰ ਹੀ ਨਹੀਂ ਉਹ ਦੱਸੋ ਕਿਆ ਕਰੀਏ ਭੁੱਖੇ ਮਰਨ ਵਾਲਾ ਕੰਮ ਹੈ ਕੰਮ ਨਹੀਂ ਹੈ ਬਾਊ ਜੀ ਬਿਲਕੁਲ ਵੀ ਸਾਨੂੰ ਮਿਲਦਾ ਨਹੀਂ ਕੁਛ ਵੀ ਉਰੇ ਕਿਹੜਾ ਕਈ ਕਈ ਵਾਰ ਤਾਂ ਸਾਡੀ ਬੋਹਣੀ ਨਹੀਂ ਹੁੰਦੀ ਉਰੇ ਬਿਲਕੁਲ ਖਾਲੀ ਜਾਂਦੇ ਜਿਹੜੇ 10-20 ਰੁਪਏ ਜੇਬ 'ਚ ਆਉਂਦੇ ਉਹ ਵੀ ਅਸੀਂ ਉਹ ਚਾਹ ਪਾਣੀ ਚਲਾ ਦਿੰਦੇ ਹਾਂ ਸਵੇਰੇ ਇਸ ਤਰ੍ਹਾਂ ਜੀ ਸੋ ਦੋਸਤੋ ਮਹਿੰਗਾਈ ਨੂੰ ਲੈ ਕੇ ਅੱਜ ਸਬਜ਼ੀ ਦੇ ਜਿਹੜੇ ਰੇਟ ਨੇ ਜਦੋਂ ਕੋਈ ਗਾਹਕ ਰੇਟ ਪੁੱਛਦਾ ਹੈ ਤਾਂ ਉਸ ਦਾ ਅੱਧਾ ਤਾਂ ਮਨ ਉਸ ਵੇਲੇ ਹੀ ਰੇਟ ਸੁਣ ਕੇ ਹੀ ਮਤਲਬ ਇਹ ਕਰਦਾ ਹੈ ਕਿ ਸਬਜ਼ੀ ਨਾ ਹੀ ਖਰੀਦੀ ਜਾਵੇ ਕੁਛ ਹੋਰ ਉਪਾਅ ਕੀਤਾ ਜਾਵੇ ਰੋਟੀ ਖਾਣ ਲਈ ਮੇਰੇ ਨਾਲ ਇੱਕ ਖਾਲਸਾ ਜੀ ਜੁੜੇ ਨੇ ਇਹਨਾਂ ਤੋਂ ਪੁੱਛਦੇ ਹਾਂ ਕਿ ਆਖਰ ਕਾਰਨ ਕੀ ਹੈ ਕਿਉਂ ਅੱਜ ਜਿਹੜੇ ਸ਼ਲਗਮ ਹੈ ਜਿਹੜਾ ਮਤਲਬ ਪੁੱਛਦਾ ਨਹੀਂ ਕੋਈ ਵੀ ਉਹ ਵੀ 30-40 ਰੁਪਈਏ ਤੱਕ ਹੈ ਔਰ ਗੋਭੀ ਇਹਨਾਂ ਦਿਨਾਂ ਵਿੱਚ 5 ਰੁਪਈਏ ਕਿਲੋ ਅਸੀਂ ਆਪ ਲੈਂਦੇ ਰਹੇ ਹਾਂ ਔਰ ਇਹਨਾਂ ਦਿਨਾਂ ਦੇ ਵਿੱਚ ਗੋਭੀ ਦੇ ਕੀ ਰੇਟ ਨੇ ਬਾਕੀ ਸਬਜ਼ੀਆਂ ਦੇ ਕੀ ਰੇਟ ਨੇ ਖਾਲਸਾ ਜੀ ਕਾਰਨ ਕੀ ਮਹਿਸੂਸ ਕੀਤਾ ਕਿ ਇੰਨੀ ਮਹਿੰਗਾਈ ਕਿਉਂ ਹੈ ਇੱਕ ਤਾਂ ਲੇਬਰ ਮਹਿੰਗੀ ਹੋ ਗਈ ਸਭ ਤੋਂ ਮੁੱਦਾ ਇਹ ਹੈ ਜੀ ਲੇਬਰਾਂ ਨੇ ਸਮਾਨ ਤੇ ਜ਼ਿਆਦਾ ਪਿਆ ਇੱਕ ਪਿਆਜ਼ਾਂ ਕਰਕੇ ਵੀ ਬਹੁਤ ਫਰਕ ਪਿਆ ਜੀ ਪਿਆਜ਼ਾਂ ਕਰਕੇ ਇੱਕ ਫਸਲ ਘੱਟ ਹੈਗੀ ਹੈ ਆਲੂ ਦੀ ਫਸਲ ਘੱਟ ਹੈ ਉਂਝ 25-30 ਬਣਿਆ ਆਲੂ ਦੀ ਫਸਲ ਘੱਟ ਹੈ ਇਸ ਕਰਕੇ ਮੇਨ ਮੁੱਦਾ ਇਹ ਹੈ ਜੀ ਜਿਹੜੀ ਤੁਹਾਨੂੰ ਮਤਲਬ ਜਿਵੇਂ ਗੋਭੀ ਤੁਸੀਂ ਲਾਵੇ ਤੁਹਾਨੂੰ ਕੀ ਰੇਟ ਪਈ ਹੈ ਕਿਉਂਕਿ ਤੁਹਾਡਾ ਵੀ ਕੀ ਕਸੂਰ ਹੈ 20 ਰੁਪਏ ਕਨਵਾਈ ਹੈ 25 ਵਿਕਰੀ ਹੈ ਜੀ ਵਿੱਚ ਡੰਡਾ ਕੱਟ ਕੇ ਜੀ ਮਤਲਬ 20 ਰੁਪਈਏ ਤੱਕ ਤੁਹਾਡੇ ਕੋਲ ਪਹੁੰਚੀ ਹੈ ਜੀ 20 ਰੁਪਏ ਪਹੁੰਚ ਕੇ ਡੰਡੇ ਡੁੰਡੇ ਕੱਟ ਕੇ 25 ਵਿਕਰੀ ਹੈ ਰੁਪਿਆ 2 ਰੁਪਏ ਮਾਰਜਨ ਨਹੀਂ ਕੰਮ ਚੱਲ ਰਿਹਾ ਔਰ ਜਿਹੜੇ ਆਲੂ ਨਵੇਂ ਜਦੋਂ ਨਵੇਂ ਆਲੂ ਆਉਂਦੇ ਆ ਥੋੜੇ ਬਾੜੇ ਮਹਿੰਗੇ ਜ਼ਰੂਰ ਹੁੰਦੇ ਆ ਪਰ 35-30-40 ਤੱਕ ਕਿੱਥੋਂ ਜਿਹੜੀ ਬੇਮੌਸਮੀ ਬਰਸਾਤ ਪਈ ਹੈ ਉਸ ਦਾ ਵੀ ਬੜਾ ਵੱਡਾ ਅਸਰ ਜੀ ਚਾਰੋਂ ਪਾਸੇ ਬਰਸਾਤ ਖਿੰਡ ਕੇ ਪਈ ਹੈ ਜੀ ਉਸ ਕਰਕੇ ਫਸਲ ਖਰਾਬ ਵੀ ਹੋਈ ਹੈ ਜੀ ਬਹੁਤ ਜ਼ਿਆਦਾ ਜੀ ਮੇਨ ਮੁੱਦਾ ਇਹ ਹੈ ਮਿਹਰਬਾਨੀ ਵੀਰ ਜੀ ਬਹੁਤ ਬਹੁਤ ਵੀਰ ਸੋ ਦੋਸਤੋ ਇਹ ਮੇਰੇ ਹੱਥ ਵਿੱਚ ਅਫਗਾਨਿਸਤਾਨ ਦਾ ਪਿਆਜ਼ ਹੈ ਜਿਹੜਾ ਅਫਗਾਨਿਸਤਾਨ ਤੋਂ ਆਇਆ ਹੈ ਔਰ ਇਸ ਵੀਰ ਨੇ ਲਾਇਆ ਹੋਇਆ ਦੇਖੋ ਮਤਲਬ ਪਿਆਜ਼ ਜਿਹੜਾ ਇੰਡੀਅਨ ਪਿਆਜ਼ ਹੈ ਔਰ ਅਫਗਾਨਿਸਤਾਨ ਦੇ ਪਿਆਜ਼ ਵਿੱਚ ਕਿੰਨਾ ਫਰਕ ਹੈ ਔਰ ਮੈਂ ਵੀਰ ਨਾਲ ਗੱਲ ਕਰਦਾ ਇਸ ਪਿਆਜ਼ ਵਿੱਚ ਤੁਹਾਨੂੰ ਕੋਈ ਫਰਕ ਲੱਗਦਾ ਵੀਰ ਜੀ ਉਹ ਫਰਕ ਹੈ ਜੀ ਉਹ ਜਨਾਈ ਬਹੁਤ ਹੈ ਇਹ ਕੀ ਰੇਟ ਮਿਲਿਆ ਤੁਹਾਨੂੰ 80 ਰੁਪਏ 80 ਰੁਪਈਏ ਤਾਂ ਇੰਡੀਅਨ ਦਾ ਰੇਟ ਜਿਹੜਾ ਇੰਡੀਆ ਦੇ ਪਿਆਜ਼ ਦਾ ਉਹ 100 ਰੁਪਏ ਹੈ 100 ਰੁਪਏ 90-100 ਇਹਨਾਂ ਦੇ ਖਾਣ ਦੇ ਵਿੱਚ ਕੋਈ ਤੁਹਾਨੂੰ ਫਰਕ ਮਹਿਸੂਸ ਲੱਗਦਾ ਫਰਕ ਹੈਗਾ ਜੀ ਕੀ ਫਰਕ ਹੈ ਮੈਨੂੰ ਤਾਂ ਪਹਿਲੀ ਵਾਰ ਇਸਮੇ ਤਾਂ ਪਾਣੀ ਜੈਸੇ ਹੈ ਜੀ ਉਹ ਸਵਾਦ ਇਹ ਸਵਾਦ ਮੇਂ ਬਹੁਤ ਫਰਕ ਹੈ ਅੱਛਾ ਜੀ ਇਹ ਬਿਲਕੁਲ ਸੁੱਕਾ ਹੈ ਅੱਛਾ ਜੀ ਇਹ ਪਿਆਜ਼ ਸੁੱਕਾ ਬੜੀਆ ਬਣ ਇਹ 80 ਰੁਪਏ ਕਿਲੋ ਆ ਔਰ ਇਹ ਦੇਖ ਲਓ ਅਫਗਾਨਿਸਤਾਨ ਦਾ ਪਿਆਜ਼ ਹੈ ਮੇਰੇ ਹੱਥ ਦੇ ਵਿੱਚ ਜਿਵੇਂ ਇੰਡੀਆ ਦਾ ਸੇਬ ਹੁੰਦਾ ਹੈ ਔਰ ਉਸੇ ਤਰ੍ਹਾਂ ਹੀ ਜਿਵੇਂ ਵੀਰ ਨੇ ਦੱਸਿਆ ਕਿ ਇਹਦਾ ਖਾਣ ਨੂੰ ਕੋਈ ਖਾਸ ਜ਼ਿਆਦਾ ਟੇਸਟ ਨਹੀਂ ਹੈ ਪਾਣੀ ਜਿਹਾ ਹੁੰਦਾ ਇਹ ਦੁਕਾਨ ਹੈ ਰੇਹੜੀ ਹੈ ਕਿਹਦੀ ਹੈ ਆ ਜਾ ਯਾਰ ਦੱਸ ਤਾਂ ਦੇ ਮਾੜਾ ਮੋਟਾ ਤੂੰ ਘਬਰਾਉਂਦਾ ਕਿਉਂ ਆਪਾਂ ਇਹ ਪਿਆਜ਼ ਤੁਹਾਨੂੰ ਕੀ ਰੇਟ ਮਿਲਿਆ ਸਰ ਇਹ ਮਿਲਿਆ ਹੈਗਾ 55 ਰੁਪਏ ਕਿਲੋ 55 ਹਾਂਜੀ ਔਰ ਖਰਚਾ ਬਰਚਾ ਪਾ ਕੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਨਾ 60-65 ਰੁਪਏ ਕਿਲੋ ਆਏ ਹਾਏ ਅੱਛਾ ਇਹ ਪਿਆਜ਼ ਦੇ ਵਿੱਚ ਤੇ ਆਮ ਇੰਡੀਅਨ ਪਿਆਜ਼ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਸਵਾਦ ਦਾ ਬਹੁਤ ਫਰਕ ਹੈ ਅੱਛਾ ਜੀ ਇਸਮੇ ਪਾਣੀ ਹੈ ਹਾਂ ਕਿਚਕਿਚਾਹਟ ਜੈਸਾ ਆਵਾਜ਼ ਹੈ ਅੱਛਾ ਉਹ ਤਾਂ ਆਪਣਾ ਸਵਾਦ ਬਹੁਤ ਬੜੀਆ ਪਿਆਜ਼ ਦਾ ਔਰ ਇਹ ਤੁਹਾਨੂੰ ਮਤਲਬ ਸਪਲਾਈ ਹੋਇਆ ਜਾਂ ਤੁਸੀਂ ਕਿੱਥੋਂ ਮਤਲਬ ਇਹ ਆਇਆ ਤੁਹਾਡੇ ਲਈ ਬੜੀ ਮੰਡੀ ਚੋਂ ਜੀ ਅੱਛਾ ਤੁਹਾਨੂੰ 60-65 ਰੁਪਈਆ ਆਪ ਪਿਆ ਔਰ 80 ਰੁਪਈਏ ਤੁਸੀਂ ਅੱਗੇ ਵੇਚਦੇ ਆ ਲੇਬਰ ਹੈ ਪੂਰਾ ਦਿਨ ਬੈਠਣਾ ਪਾ ਕੇ ਸਭ ਮਹਿੰਗਾ ਪੈਦਾ ਕਿਆ ਕਰੀਏ ਸੋ ਦੋਸਤੋ ਇਸ ਇਹਨਾਂ ਦਾ ਵੀ ਕੀ ਕਸੂਰ ਹੈ ਤੁਸੀਂ ਵੇਖ ਹੀ ਰਹੇ ਹੋ ਕਿ 60-65 ਰੁਪਏ ਤੇ ਇਹਨਾਂ ਨੂੰ ਆਪ ਹੀ ਪੈ ਰਿਹਾ ਔਰ ਵੱਡੀ ਗੱਲ ਇਹ ਦੱਸ ਰਹੇ ਨੇ ਕਿ ਇਸ ਪਿਆਜ਼ ਦਾ ਖਾਣ ਦਾ ਵੀ ਕੋਈ ਸਵਾਦ ਨਹੀਂ ਹੈ ਔਰ ਇੰਡੀਆ ਪਿਆਜ਼ ਦੀ ਇਹਨਾਂ ਨੇ ਸਿਫਤ ਕੀਤੀ ਹੈ ਸੋ ਅੱਗੇ ਵੀ ਦੇਖਦੇ ਹਾਂ ਕਿ ਸ਼ਾਇਦ ਹੋਰ ਵੀ ਸਾਨੂੰ ਪਿਆਜ਼ਾਂ ਦੀ ਕੋਈ ਵੈਰਾਈਟੀ ਮਿਲ ਜਾਵੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਪਟਿਆਲੇ ਦੀ ਮੰਡੀ ਵਿੱਚ ਖੜੇ ਹਾਂ ਦੋ ਭੈਣਾਂ ਮੇਰੇ ਨਾਲ ਜੁੜੀਆਂ ਨੇ ਔਰ ਘਰ ਚਲਾਉਣ ਵਾਸਤੇ ਭੈਣਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਔਰ ਕਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਘਰ ਚਲਾ ਰਹੇ ਨੇ ਭੈਣ ਜੀ ਪਿਆਜ਼ਾਂ ਦੇ ਰੇਟ ਤੋਂ ਸੁਣ ਕੇ ਡਰ ਨਹੀਂ ਲੱਗਦਾ ਲੱਗਦਾ ਜੀ ਲੱਗਦਾ ਬਹੁਤ ਲੱਗਦਾ ਅਸੀਂ ਤਾਂ ਬਸ ਜ਼ਰੂਰਤ ਹੁੰਦੀ ਹੈ ਉਨੇ ਹੀ ਲੈ ਜਾਂਦੇ ਹਾਂ ਕਦੀ 50 ਰੁਪਏ ਦੇ ਕਦੀ 100 ਰੁਪਏ ਦੇ ਬਸ ਬਹੁਤ ਮੁਸ਼ਕਿਲ ਫਿਰ ਵੀ ਲੈ ਕੇ ਜ਼ਿਆਦਾ ਜਾ ਰਹੇ ਹੋ ਮੈਂ ਤਾਂ ਪਾਈਏ ਤੋਂ ਵੱਧ ਲੈ ਨਹੀਂ ਇਹਨਾਂ ਦਿਨਾਂ ਕੀ ਕਰੀਏ ਫਿਰ ਚਾਹੀਦੇ ਤਾਂ ਲੈ ਸਰਦਾ ਹੀ ਨਹੀਂ ਹੈਗਾ ਕੋਈ ਪਿਆਜ਼ ਵੀ ਨਾ ਸਬਜ਼ੀ ਨਹੀਂ ਬਣਦੀ ਅੱਛਾ ਕੋਈ ਵੀ ਸਬਜ਼ੀ ਦਾ ਰੇਟ ਪੁੱਛ ਲਓ ਆਸਮਾਨ ਨੂੰ ਛੂ ਰਿਹਾ ਹਾਂਜੀ ਹੁਣ ਤਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਸਬਜ਼ੀ ਜਿਵੇਂ ਤੋਂ ਜਿਵੇਂ ਠੰਡ ਪੈ ਰਹੀ ਉਵੇਂ ਉਵੇਂ ਸਬਜ਼ੀ ਵੀ ਮਹਿੰਗੀ ਹੋਈ ਜਾ ਰਹੀ ਹੈ ਬਸ ਜ਼ਰੂਰਤਮੰਦ ਜਿਵੇਂ ਲੈ ਜਾਂਦੇ ਹਾਂ ਬਾਕੀ ਤਾਂ ਕੁਛ ਵੀ
भी नहीं ले जा सकते अज कल। गोभी 20-25 रुपये किलो इस टाइम मिलती है, याद होएगा इन्होंने दिनों में 10 रुपए की 2 किलो, 10 रुपए की 2 किलो मिलती रही है। और राती भी गल कर रहे थे, मैं क्या मूलियां भी इन्नी महंगी हो रही है, तो 2 रुपए किलो मूलियां कोई भी नहीं खाते थे, हूँ देख लो तुम इन्नी महंगी हैगी है। अच्छा आलू जो है नवे आते होंगे तो कुछ ना कुछ सस्ते होंगे, 25-30 रुपये किलो आलू भी अज। हाँ हाँ जी, वह भी बहुत महंगे है। किस तरह तुम अपने घर को किस तरह चला हो भैन जी? बस चलाते चलाते हैं, की करिए चलाना तो पैंता ही है, फिर की कर सकते हैं, कोई इलाज तो है नहीं कोई। हाँ बच्चे, हाँ रोटी ने देनी है ना, हूँ आप जिम्मे ले जाते हैं भी थोड़े एक टाइम करते सी और आप दो टाइम कर लेंगे, फिर गुजारा तो करना ही है ना फिर। बिल्कुल भैन जी ने बिल्कुल स्पष्ट शब्दों कहा, एक भैन मेरे ना हो जुड़ी उन्होंने भी गल करते हैं। भैन जी जे प्याज के रेट है और आप कहते भी लाल प्याज जेकर आप ना पाइए तो हरा प्याज लै लीए, यही कर देंगे। हरा प्याज भी 80 रुपये तो घट नहीं मिलता। नहीं पत्ते वाले प्याज भी बहुत महंगे हुए पे हैं, की करिए हूँ, चाहिए तो है प्याज घर तो फिर की कर सकते हूँ, लेने तो पैदे ही है। मंग करते हो तुम सरकार सस्ता करिए भी कर, जे गरीब बंदा हो दिन च 100 रुपया कमाता वह की सब्जी ले लेगा दसो? बिल्कुल वह की सब्जी लैके खा लेगा, जिन्हों 20 रुपये किलो सब्जी मिलती सी हूँ 50 मिल रही है, तो 50 च की करेगा तो की खाएगा? अच्छा मतलब जो बैंगन जिन्होंने पुछता नहीं वो भी अच्छे 40 रुपये हो बस उ है ना, तो गरीब बंद तो बहुत मार होगी, साडे वर्गियों बहुत मार होगी, सबन ही भैन जी मार है। हाँ सबन मार होगी, बस असं यही कहने भी सरकार ने भी थोड़ा देख के सस्ता किया जाए सारा कुछ। बहुत वधिया, रोज़मर्रा की जिंदगी दे विच समान जिहड़ा है सगो सस्ता होना चाहिए है, बल्कि ना कि महंगा होना चाहिए है। की खरीदना आए हो सर? झोला तो फड़िया होया है पर की खरीदोगे? सब्जी। सर रेट सुन के डर नहीं लगता? लगता है, हाँ एक किलो लेने वाला पाव किलो लेता है। ओहो इतनी महंगाई हो रखी है। मतलब महंगाई नू दूर करने लिए कोई सरकार नू कहो ना फिर तुसी? नहीं सरकार क्या, सरकार अपने से बत्ती गरीब है, अपने से बत्ती गरीब है, किसको कहे? जो कहे कहते हैं कि जो कहे वो दोषी है, दोषी है, दोषी है, जो इनके खिलाफ बोलेगा उसको ही बस उसको थाने पकड़ा देगा। हाँ जैसे ये लगा रखे है GST लगा रखा है, ST लगा रखा है, ये नए नए कानून लगा रखे है। अफगानिस्तान का प्याज भी 80 रुपये किलो काट नहीं मिलता? नहीं उनका तो लेना ही नहीं चाहिए, लेना ही नहीं चाहिए, अगर हिंदू है हिंदुस्तान में तो वो लेना ही नहीं चाहिए। बिल्कुल बिल्कुल, क्यों हिंदुस्तान के प्याज 120 रुपया तो लोग करे तो करे क्या? जैसे सरकार मांगो पाकिस्तान की भीख मांग रहे ऐसी बात सरकार हो रखी है। बहुत अच्छा, क्या मांग कर रहे हो सरकार से? सरकार से कह रहे गरीबी हटाओ, दूसरी नंबर हरे चीज तो गरीबों को ही हटा रही है। नहीं गरीब तो अपने आप ही हट रहा है, क्यों? कि नए तो टाइम पे दवाई मिलती है, नए पैसे मिलते हैं, मरने के लिए तैयार है वो। बिल्कुल मेरे ना खालसा जी जुड़े ने, इन्हें तो पूछते हैं कि क्योंकि चेहरे तो हर एक दे हसते नजर आते ने पर अंदरों उस वेला मुरझा जाते हैं जो इन्होंने चीजा का असं रेट पूछते हो, महंगाई ने लक तोड़ दिता खालसा जी। हूँ इस तरह जी महंगाई जी है गोरमेंट आप बधाई हैगी हूँ, जेकर इन्हों का कंट्रोल कोई हो जिस तरह हूँ स्टोर स्टोर भरे पे ने उन्होंने क्ढन बार अपने आप महंगाई घटेगी। अच्छा लोग ये भी कहें खालसा जी प्याज खाना बंद कर दो आपे गल जाएंगे प्याज, स्टोर पे फिर उन्होंने पता लगेगा? इस तरह जी हूँ जेकर घर के 5 किलो की जरूरत अगला किलो ले जाएगा, पर इन्हें बगैर सरदा तो बिल्कुल है नहीं, जेकर स्टोर के जे गल भी जाएंगे उन्होंने कोई फर्क नहीं पैंता, उन्होंने रेट दुगने करके अपना कसर पूरी कर लेनी है, कर लेनी हैगी है। मार फिर भी गरीबा मार तो गरीबा की पैनी है क्योंकि हूँ इन्ना रेट हो जाता है, तो इस करके जिन्ना भी असर पै रहा है सारा जनता से पै रहा उन्होंने तो कोई फर्क नहीं पै रहा है, जिन्ना भी स्टाक पिया है आ रहा है ये तो सारा बोझ जरा है तो जनता ही पै रहा है। दाल सब्जी लसन ना पवे तो कितने ना कितने गल अधूरी है, लसन का रेट तुसी सुन के हैरान रह जाओगे, क्या रेट है लसन का रेट? लसन 200 रुपए किलो है, ये वाला मान लो 180-170 है। 170 है, हाँ। तो ज्यादा से ज्यादा लोग कितना लेकर जाते हैं आपसे? 100 ग्राम 50 ग्राम ले जाएंगे और क्या ले जाएंगे, महंगाई है वो भी क्या करें, सही महंगाई है ना, महंगाई। अच्छा ये लहसुन आपने कितने कम से कम कितने रुपए किलो बेचा हुआ है पहले? 200 रुपए किलो तक। अच्छा पहले भी इतना ही रेट था इसका? हाँ हाँ 200। तो फिर आज इसमें रेट में कुछ बड़ा तो नहीं है फिर? ना क्या बड़ा नहीं है, रोज रोज का डाउन होगा। ये क्या रेट है ये दाना? दाना 180 रुपए किलो है। ये भी 180? हाँ जी।
ਮਤਲਬ ਲਸਣ ਵੀ ਕਾਫੀ ਕੋਸਟਲੀ ਹੈ, ਮਹਿੰਗਾ ਹੈ, ਇਹ ਮਹਿੰਗਾ ਤਾਂ ਹੈ ਹੀ ਹੈ। ਸੋ ਦੋਸਤੋ, ਅੱਜ ਪੂਰੀ ਅਸੀਂ ਪਟਿਆਲੇ ਦੀ ਮੰਡੀ ਦਾ ਦੌਰਾ ਕੀਤਾ ਹੈ ਔਰ ਤੁਸੀਂ ਵੇਖਿਆ ਕਿ ਲੋਕ ਕਿਸ ਤਰ੍ਹਾਂ ਮਹਿੰਗਾਈ ਨੂੰ ਲੈ ਕੇ ਕੁਰਲਾ ਰਹੇ ਨੇ, ਚਲਾ ਰਹੇ ਨੇ ਔਰ ਖਾਸ ਕਰਕੇ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਦੇ ਰੇਟ ਦਿਨੋਂ ਦਿਨ ਘਟਣ ਦੀ ਬਜਾਏ ਹੋਰ ਵਧੀ ਜਾ ਰਹੇ ਨੇ ਔਰ ਲੋਕ ਵਿਚਾਰੇ ਕੁਛ ਨਾ ਕੁਛ ਖਰੀਦਣ ਲਈ ਆਉਂਦੇ ਜ਼ਰੂਰ ਨੇ ਔਰ ਕੁਛ ਤਾਂ ਅਜਿਹੇ ਨੇ ਕਿ ਰੇਟ ਸੁਣਦੇ ਸਾਰ ਹੀ ਚੁੱਪ ਕਰ ਜਾਂਦੇ ਆ। ਹਰ ਇੱਕ ਨੇ, ਭੈਣ ਨੇ, ਵੀਰ ਨੇ ਇਹੀ ਕਿ ਸਰਕਾਰ ਕੋਲ ਮੰਗ ਕੀਤੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਜਿਹੜੀਆਂ ਸਬਜ਼ੀਆਂ ਦੇ ਰੇਟ ਹੈ, ਆਲੂ ਪਿਆਜ਼ਾਂ ਦੇ ਰੇਟ ਹੈ, ਇਹ ਘੱਟ ਕੀਤੇ ਜਾਣ ਤਾਂ ਕਿ ਅਫਗਾਨਿਸਤਾਨ ਦਾ ਜਿਹੜਾ ਪਿਆਜ਼ ਹੈ, ਜਿਹੜਾ ਬੇਸੁਆਦਾ ਪਿਆਜ਼ ਹੈ, ਉਸ ਤੋਂ ਛੁਟਕਾਰਾ ਮਿਲ ਸਕੇ। ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮ ਸੋਹੋਤਾ, ਏਵਨ ਪੰਜਾਬੀ ਟੀਵੀ ਲਈ।